ਹੈਲੋ ਡੈਡੀ, ਮੈਂ ਫਤਿਹ ਬੋਲ ਰਿਹਾ। ਤੁਸੀਂ ਮੈਨੂੰ ਬਾਹਰ ਕਿਉਂ ਨਹੀਂ ਖਿੱਚਿਆ? ਮੈਂ ਹੱਥ ਉੱਪਰ ਕਰਕੇ ਰੱਖੇ ਸੀ। ਮੈਨੂੰ ਤੁਹਾਡੇ 'ਤੇ ਪੂਰਾ ਯਕੀਨ ਸੀ ਕਿ ਤੁਸੀਂ ਮੈਨੂੰ ਬਾਹਰ ਖਿੱਚ ਲਵੋਗੇ। ਤੁਹਾਨੂੰ ਪਤਾ ਮੈਨੂੰ ਉੱਥੇ ਕਿੰਨਾ ਡਰ ਲੱਗ ਰਿਹਾ ਸੀ ਅਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਸੀ। ਉੱਤੋਂ ਮੈਨੂੰ ਸਾਹ ਨਹੀਂ ਆ ਰਿਹਾ ਸੀ। ਤੁਸੀਂ ਆਪਣੇ ਵਾਅਦੇ ਤੋਂ ਮੁੱਕਰ ਗਏ। ਜਿਹੜਾ ਗਿਫਟ ਤੁਸੀਂ ਮੇਰੇ ਜਨਮਦਿਨ 'ਤੇ ਲੈ ਕੇ ਦੇਣਾ ਸੀ ਉਹ ਮੈਨੂੰ ਨਹੀਂ ਦਿੱਤਾ। ਤੁਸੀਂ ਉਸ ਕੁੰਡੀ ਰਾਹੀਂ ਪਹਿਲਾਂ ਕਿਉਂ ਨਹੀਂ ਖਿੱਚਿਆ ਜਿਸ ਰਾਹੀਂ ਹੁਣ ਖਿੱਚਿਆ? ਮੈਂ ਸੁਣ ਰਿਹਾ ਸੀ ਉਹ ਬੰਦਾ ਤੁਹਾਨੂੰ ਕਹਿ ਰਿਹਾ ਸੀ ਕਿ ਮੈਂ ਉਸਨੂੰ ਅੱਧੇ ਘੰਟੇ ਵਿੱਚ ਬਾਹਰ ਕੱਢ ਦੂੰ। ਨਾ ਤੁਸੀਂ ਉਸ ਬਾਜੀਗਰ ਦੀ ਗੱਲ ਸੁਣੀ ਜਿਹੜਾ ਬੋਰ ਵਿੱਚ ਆਪਣੀ ਕੁੜੀ ਨੂੰ ਭੇਜਣ ਨੂੰ ਤਿਆਰ ਸੀ। ਇਹ ਸਰਕਾਰੀ ਅਫਸਰ ਦਾ ਥੋੜ੍ਹੀ ਮੈਂ ਪੁੱਤ ਸੀ। ਇਹ ਤਾਂ ਮੇਰੇ 'ਤੇ ਐਕਸਪੈਰੀਮੈਂਟ ਕਰਨ ਲੱਗੇ ਹੋਏ ਸੀ। ਤੁਹਾਨੂੰ ਪਤਾ ਮੇਰੇ ਸਾਹ 2 ਦਿਨ ਤੱਕ ਚੱਲਦੇ ਰਹੇ ਇਸ ਉਮੀਦ ਵਿੱਚ ਕਿ ਮੇਰਾ ਡੈਡੀ ਮੈਨੂੰ ਬਾਹਰ ਜ਼ਰੂਰ ਕੱਢ ਲਵੇਗਾ। ਨਾ ਡੈਡੀ, ਰੋ ਨਾ, ਮੈਨੂੰ ਪਤਾ ਇਸ ਵਿੱਚ ਵੀ ਤੇਰਾ ਕੋਈ ਕਸੂਰ ਨਹੀਂ। ਇਹ ਅਫਸਰ ਸਾਹੀ ਭਾਰੀ ਪੈ ਗਈ ਤੁਹਾਡੇ 'ਤੇ। ਅਲਵਿਦਾ ਡੈਡੀ, ਮੈਂ ਇਸ ਵਾਰ ਤੁਹਾਡੇ ਨਾਲ ਆਪਣਾ ਜਨਮਦਿਨ ਨਹੀਂ ਮਨਾ ਸਕਿਆ। ਮੰਮੀ ਨੂੰ ਕਹਿਣਾ ਰੋਵੇ ਨਾ, ਮੈਂ ਫਿਰ ਵਾਪਸ ਆਵਾਂਗਾ। ਡੈਡੀ, ਮੈਂ ਨਹੀਂ ਮਰਿਆ, ਮਾਰਿਆ ਇਹ ਗੰਦੀਆਂ ਸਰਕਾਰਾਂ ਨੇ ਅਤੇ ਘਟੀਆ ਰਾਜਨੀਤੀ ਨੇ। ਮੈਂ ਜਾਂਦਾ ਹੋਇਆ ਸਰਕਾਰਾਂ ਅਤੇ ਸਾਰੇ ਅਫਸਰਾਂ ਮੰਤਰੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਤੁਹਾਡਾ ਫਤਿਹ। ਮੈਨੂੰ ਮਿਲਿਆ ਨੀ ਰੱਖ।